ਬਿਜ਼ਨਸ ਵੀ ਕੀਤਾ ਤੁਸੀਂ ਕਾਰੋਬਾਰ ਕੀਤੀ ਹੈ ਮਿਹਨਤ ਕੀਤੀ ਹੈ ਮਿਹਨਤ ਚਕਾਦੀ ਮਜ਼ਦੂਰੀ ਹਾਂਜੀ ਹੈ ਓਏ ਭਾਈ ਚਕਾਦਾ ਮਿਹਨਾ ਭਾਈ ਮਿਹਨਤ ਚਕਾਦਾ ਮਿਹਨਤ ਚਕਾਦਾ ਮਿਹਨਾ ਹਾਂ ਨਾਉਣ ਚਕਾਦਾ ਮਿਹਨਾ ਮਿਹਨਤ 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 ਚਕਾਦੀ ਮਜ਼ਦੂਰੀ ਹਾਂ ਮਿਹਨਤ ਚਕਾਦੀ ਬੰਦੇ ਨੂੰ ਆਪਣੇ ਬਲਬੂਤੇ ਤੇ ਜੀਣਾ ਚਾਹੀਦਾ ਜ਼ਿੰਦਗੀ ਦੇ ਵਿੱਚ ਕੁਝ ਬਣਨ ਵਾਸਤੇ ਆਪਣੇ ਬਾਜ਼ੂਆਂ ਦਾ ਸਹਾਰਾ ਲੈਣਾ ਚਾਹੀਦਾ ਲੈਣਾ ਚਾਹੀਦਾ ਮਾਪੇ ਦੀ ਦੌਲਤ ਅੱਲਾ ਲੱਖਾਂ ਕਰੋੜਾਂ ਅਰਬਾਂ ਦਾ ਦੇ ਇਲਾਹੀ ਉਹ ਤੇ ਆਸ ਨਹੀਂ ਰੱਖਣੀ ਚਾਹੀਦੀ ਅੱਛਾ ਜੀ ਆਪਣਾ ਫਰਜ਼ ਬਣਦਾ ਉਹਨਾਂ ਦੀ ਖਿਦਮਤ ਕਰੀਏ ਕੀ ਬਾਤ ਮਿਹਨਤਾਂ ਕੀਤੀਆਂ ਮਜ਼ਦੂਰੀਆਂ ਕੀਤੀਆਂ ਰੇੜੀ ਲਾਈ ਨਾਸ਼ਤਾ ਲਾਉਂਦਾ ਰਿਹਾ ਅੱਛਾ ਜੀ ਪਹਿਲੇ ਦਿਨ ਮੈਂ ਨਾਸ਼ਤਾ ਲਾਇਆ ਫੇਰ ਰੇੜੀ ਤੇ ਦੋ ਪਲੇਟਾਂ ਚੌਲਾਂ ਦੀਆਂ ਬਣਾ ਕੇ ਲਾਈਆਂ ਹੈ ਦੋ ਪਲੇਟਾਂ ਹਾਂ ਮੈਂ ਕਿਹਾ ਹੌਲੀ ਹੌਲੀ ਬਿਜ਼ਨਸ ਵਧਾਵਾਂਗੇ ਨਾ ਇੱਕਦਮ ਪੈਸੇ ਖਰਚਦੇ ਹਾਂ ਮੁੜ ਕੇ ਕੌਣ ਜ਼ਿੰਮੇਦਾਰ ਹੈ ਬਿਲਕੁਲ ਸਹੀ ਹੈ ਰੇੜੀ ਲੈ ਕੇ ਮੈਂ ਜਾ ਰਿਹਾ ਜਿੱਥੇ ਖੜੀ ਕਰਨੀ ਸੀ ਲੰਮਾ ਸਫ਼ਰ ਸੀ ਉੱਥੇ ਜਾਂਦੇ ਜਾਂਦੇ 11 ਵਜ ਗਏ ਇੱਕ ਪਲੇਟ ਮੈਂ ਖਾ ਲਈ ਦੂਜੀ ਇੱਕ ਪੁਲਿਸ ਵਾਲਾ ਆ ਗਿਆ ਕਹਿੰਦਾ ਇੱਥੇ ਰੇੜੀ ਖੜੀ ਕਰਨੀ ਤੇ ਮੈਨੂੰ ਵੀ ਚੌਲ ਖਵਾ ਦੂਜੀ ਪਲੇਟ ਉਹਨੂੰ ਖਵਾ ਕੇ ਪਹਿਲੇ ਦਿਨ ਫਿਰ ਮੈਂ ਛੁੱਟੀ ਕਰ ਲਈ ਫੇਰ ਅਗਲੇ ਦਿਨ ਮੈਂ ਕਿਹਾ ਰੇੜੀ ਮੇਰੇ ਕੋਲ ਹੈ ਮੈਂ ਖਰਬੂਜ਼ੇ ਲਾ ਲਏ ਉਹ ਤੇਰੀ ਖੈਰ ਹੋ ਜਾਏ ਮਜ਼ਦੂਰ ਆਦਮੀ ਇੱਕ ਖਰਬੂਜ਼ਾ ਲੈ ਕੇ ਰੇੜੀ ਤੇ ਲਾਇਆ ਇੱਕ ਉਹ ਹੌਲੀ ਹੌਲੀ ਬਿਜ਼ਨਸ ਵਧਾਉਣਾ ਨਾ ਰੇੜੀ ਲੈ ਕੇ ਮੈਂ ਜਾ ਰਿਹਾ ਇੱਕ ਬੰਦਾ ਕਹਿੰਦਾ ਮਿੱਠਾ ਹੀ ਮੈਂ ਕਿਹਾ ਚੈੱਕ ਕਰ ਲਾ ਉਹਨੇ ਖਾ ਕੇ ਵੇਖਿਆ ਕਹਿੰਦਾ ਮਿੱਠਾ 2 ਕਿਲੋ ਦੇ ਦੇ ਮੈਂ ਕਿਹਾ ਕਿੱਥੋਂ ਵੀ ਜਿਹੜਾ ਮੈਂ ਲਾਇਆ ਸੀ ਉਹ ਤੇ ਤੂੰ ਖਾ ਗਿਆ ਵਾਹ ਬਿਲਕੁਲ ਸਹੀ ਹੈ ਹੋਰ ਮੈਂ ਕਿੱਥੋਂ ਲਿਆਵਾਂ ਜੀ ਬਿਲਕੁਲ ਫੇਰ ਮੈਂ ਕਿਹਾ ਰੇੜੀ ਮੇਰੇ ਕੋਲ ਹੈ ਆਏ 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 ਅਗਲੇ ਦਿਨ ਮੈਂ ਫਰੂਟ ਦਾ ਕਾਰੋਬਾਰ ਨਹੀਂ ਛੱਡਿਆ ਬਿਲਕੁਲ ਸ਼ਹਾਦਾ ਕਿੰਨੂ ਲਾ ਲੈ ਉਹ ਤੇਰੀ ਖੈਰ ਹੋ ਜੀ 2 ਮੈਂ ਕਿਹਾ ਕੰਮ ਵਧਾਈਏ ਮੈਂ ਨਾ ਕੰਮ ਤੇ ਜਾਇਆ ਕਰ ਤੂੰ ਵਧਾ ਕੰਮ ਨੂੰ 2 1 2 1 ਸਾਰੇ ਪੈਸੇ ਖਰਚ ਕਰਦੇ ਮੁੜ ਕੇ ਕਿਹੜੇ ਪਿਓ ਕਿਸੇ ਦੇ ਨਹੀਂ ਦੇਣੇ ਨਹੀਂ ਯਾਰ ਹਾਂ ਹੌਲੀ ਹੌਲੀ ਬਿਜ਼ਨਸ ਵਧਾਉਣਾ ਚਾਹੀਦਾ ਅੱਛਾ ਫੇਰ ਠੀਕ 2 ਕਿੰਨੂ ਰੇੜੀ ਤੇ ਲੈ ਕੇ ਮੈਂ ਜਾ ਰਿਹਾ ਇੱਕ ਖੁਸਰਾ ਮਿਲਿਆ ਅੱਛਾ ਕਹਿੰਦਾ ਕਿੰਨੂ ਵੇਚਣੇ ਮੈਂ ਕਿਹਾ ਉਹ ਵੇਚਣੇ ਕਹਿੰਦੇ ਮੈਂ ਖਰੀਦਣੇ ਨਹੀਂ ਮੈਨੂੰ ਕਿਰਾਏ ਤੇ ਦੇ ਦੇ ਅੱਛਾ ਫੇਰ ਮੈਂ ਅਗਲਾ ਸੌਦਾ ਵੀ ਬਾਜਣਾ ਪੈਸੇ ਵੀ ਮਿਲ ਜਣੇ ਅੱਛਾ ਮੈਂ ਖੁਸਰੇ ਦਾ ਸ਼ਨਾਖਤੀ ਕਾਰਡ ਲਿਆ ਉੱਤੇ ਹਨੀਫ ਅਚਾਨਕ ਲਿਖਿਆ ਸੀ ਸਦਕੇ ਤੇਰੀ ਐਡਜਸਟਮੈਂਟ ਦੇ ਲੇਕਿਨ ਖੁਸਰਾ ਹੀ ਬੜਾ ਕਾਰੀਗਰ ਸੀ ਵੀ ਅੱਛਾ ਜੀ ਉਹ ਕਿੰਨੂ ਇੰਜ ਹੋਵੇ ਤੂੰ ਐ ਹੋ ਜਾਏ ਅੱਛਾ ਐ ਹੋਵੇ ਤੇ ਇੰਜ ਕਰਕੇ ਉਹਨੇ ਮੈਂ ਕਿਹਾ ਇਹ ਕਾਰੋਬਾਰ ਸਾਂਭ ਲੇਗਾ 5 ਵਜੇ ਮੌਤ ਦੇ ਖੂਹ ਚੋਂ ਖੁਸਰੇ ਨੂੰ ਛੁੱਟੀ ਹੋਣੀ ਸੀ ਹਾਂਜੀ ਅੱਛਾ 4:30 ਵਜੇ ਮੌਤ ਦੇ ਖੂਹ ਚ ਖੁਸਰੇ ਦੀ ਲੜਾਈ ਹੋ ਗਈ ਇੱਕ ਪੇਂਡੂ ਨੇ ਉਹਦੇ ਸੀਨੇ ਤੇ ਲੱਤ ਮਾਰੀ ਮੇਰਾ ਸਾਰਾ ਕਾਰੋਬਾਰ ਫਿਸ ਗਿਆ ਖੁਸਰਾ ਲੰਮਾ ਪਾ ਕੇ ਉਹਦੇ ਢਿੱਡ ਤੋਂ ਮੈਂ ਆਪਣਾ ਮਲਬਾ ਚੁੱਕਿਆ ਖੁਸਰੇ ਦੀ ਧੁੰਨੀ ਤੇ ਪੈਪ ਲਾ ਕੇ ਔਰੰਜ ਖੁਸਰਾ ਪੀਤਾ ਉਹਦੇ ਨੂੰ ਮੈਂ ਕਿਹਾ ਚਲੋ ਇਹ ਵੀ ਸਾਇਕਾ ਵੇਖੋ ਕਿਤੇ ਫੇਰ ਕੀ ਫੇਰ ਕਾਰੋਬਾਰ ਹੋ ਜਾਂਦਾ ਭਾਈ ਵੱਧਦੇ ਘਟਦੇ ਰਹਿੰਦੇ ਨੇ ਤੇ ਵਿਆਹ ਦੀਆਂ ਕੀ ਸ਼ਰਤਾਂ ਨੇ ਮੈਨੂੰ ਦੱਸੋ ਇਹ ਭਾਈ ਆਪ ਰੱਖਿਆ ਕਿ ਕੋਈ ਤੈਅ ਲਾ ਕੇ ਰੱਖ ਗਿਆ ਉਹ ਜਿਹੜਾ ਅਦਨਾਨ ਸਮੀ ਇਹ ਅਦਨਾਨ ਕਵੀ ਪਾਟ ਉਹ ਲੰਡੇ ਵਾਲਾ ਕੰਮ ਕੀਤਾ ਭਾਈ ਤੁਸੀਂ ਲੰਡੇ ਦਾ ਫੇਰ ਭਾਜੀ ਵਾਸ਼ਰੂਮ ਵਿੱਚ ਜਾਇਆ ਕਰੋ ਜਮਾ ਹੀ ਕਰੀ ਜਾਂਦਾ ਜੀ अपना ही जी अपना ही है अच्छा आप मेरी बात सुने मेरी कुछ शर्तें हैं आपको माननी पड़ेंगी जी बताएं आप मेरी पहली शर्त है मेरे घर में जो मर्जी आया आप मेरे से पूछेंगे नहीं नहीं मैं पागल हूं नहीं पूछना ना आपने मेरे से तो पूछने सीधा कहे अभी 349 349 जमा तफरीक सवालिया निशान ब्रैकेट में 3 ब्रोकन ਤੁਰੂ ਕਿਚ ਵਿੱਚ ਡੈਡ ਸੋਲ ਓਕੇ ਓਕੇ ਆਈ ਨੋ ਉਮੀਦ ਵੀ ਕੀ ਮੁਲਕ ਐਵੇਂ ਨਹੀਂ ਥੱਲੇ ਨੂੰ ਜਾ ਰਿਹਾ I know. ਸਦਕਾ ਲਈ ਸਿਪਾਹ ਓਏ ਮੈਂ ਤੇਰਾ ਸੀਨਾ ਭੰਨ ਦੇਣਾ ਜੇ ਅੱਗੇ ਸਜਾਈ ਫਿਰਨਾ ਕਿਦੋਂ ਭੰਨਣਾ ਬਦਤਮੀਜ਼ ਹੈ ਨਾਲੇ ਤੇ ਮੈਂ ਗੱਲ ਕਰਨ ਨਹੀਂ ਅੱਛਾ ਜੀ ਬੰਦਾ ਰੱਖ ਦੇ ਨਾਲ ਲੈ ਕੇ ਤੁਰਿਆ ਫਿਰੇ ਮੈਨੂੰ ਇਲੀ ਨਾ ਜੀ ਹੋਰ ਦੱਸੋ ਜੀ ਦੂਸਰੀ ਸ਼ਰਤ ਮੈਂ ਰਾਤ ਨੂੰ ਜਦ ਮਰਜ਼ੀ ਆਉਂ ਆਪ ਮੇਰੇ ਸੇ ਪਨੀਤ ਪੁੱਛੇਂਗੇ ਕਿਧਰ ਥੀ ਕਮਰਸ਼ੀਅਲ ਹੋ ਰਿਹਾ ਲੱਗਦੀ ਮੈਨੂੰ ਤੂੰ ਆਪ ਦੱਸਦਾ ਹੀ ਨਹੀਂ 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 ਆਪਨੇ ਨਹੀਂ ਪੁੱਛਣਾ ਮੇਰੇ ਨਹੀਂ ਫਿਰ ਤੂੰ ਵੀ ਤੇ ਧਿਆਨਦਾਰੀ ਵਿਖਾ ਨਾ ਨਹੀਂ ਨਹੀਂ ਬਾਕੀ ਸ਼ਰਤਾਂ ਅੰਦਰ ਬਹਿ ਕੇ ਤੈਅ ਕਰਨੇ ਆ ਜਦੋਂ ਤੈਅ ਹੋ ਜਾਣਗੀਆਂ ਤੇ ਫਿਰ ਆਪਾਂ ਦੋਵੇਂ ਤੈਅ ਹੋ ਜਾਣਗੇ ਗੱਲ ਸੁਣ ਹਾਂਜੀ